गुरु रूप खालसा जी, वाहिगुरु जी का खालसा, वाहिगुरु जी की फतेह। खालसा जी, अज मैं तुहाडे कोल, तुहाडी धी, तुहाडी भैन, अपने बंदे सिंह वीरां दे दर्द नूं बयान करन आई आ, जिहड़े साडे वीर 25-25, 30-30 सालां तों जेलां दे विच बंद ने। खालसा जी, अज भी साडे उजड़े होए वीरान घर अपने वीरां दे घरे आउण दा इंतजार कर रहे ने। खालसा जी, जून दा महीना है, तुसी सारे जानदे हो कि जून दे महीने विच कांग्रेस दी जालम सरकार ने साडे रूहानियत दे केंद्र श्री हरिमंदर साहब जी ते हमला कीता, साडे श्री अकाल तख्त साहब जी नूं टैटेरी कीता, हजारां निर्दोष श्रद्धालुआं दा कतलेआम कीता। खालसा जी, इन्ने जबर ते जुलम दे विरोध ते साडे धार्मिक स्थानां दी होई बेहुरमती दे विरोध दे विच साडे सिख नौजवान उस वक्त अगे आए, अपनी सिख कौम दी लत्थी होई पग नूं कौम दे सिर ते रखण लई सिख नौजवानां ने अपनियां कुरबानियां कीतियां। खालसा जी, अपने धर्म ते होए हमले दा बदला लैण लई साडे सिख नौजवान शहीद होए, कौमी शहीद बेअंत सिंह जी, कौमी शहीद सतवंत सिंह जी, कौमी शहीद केर सिंह जी, ते अपनी कौम ते होए धर्म ते होए हमले दा बदला लैण लई साडे वीर कौमी शहीद भाई हरजिंदर सिंह जिंदा जी ते कौमी शहीद भाई सुखदेव सिंह सुखा जी। साडे च अज वीर कौमी शहीद हरजिंदर सिंह जिंदा जी दे वीर जी बैठे ने, क्योंकि उन्होंने वह सारे दुखड़े अपने पिंडे ते हंडाए ने, अपने भरावां दे दर्द नूं सहा है, ते अज उह साडे दर्द नूं महसूस करदे होए साडे नाल आए ने, असीं उहनां दा धन्नवाद करदे हां। खालसा जी, कौम दे इस अपमान दा बदला लैण लई हजारां सिख नौजवानां ने शहादतां दित्तियां, लम्मा संताप परिवारां ने हंडाया, जिहदे विच साडा परिवार भी इक सी। मेरे वड्डे भैण जी, जिन्हां ने 20 साल दी उम्र सी, नवां ब्याह होया सी, कनेडा जाणा सी, पर जालम सरकार ने घरे आके शहीद कीता। मेरे वड्डे वीर जी 18 साल दी उम्र दे सी, भाई हरपिंदर सिंह गोल्डी, उहनां नूं लवारिस करार दे के ਸਾੜ ਦਿੱਤਾ ਗਿਆ ਤੇ ਘਰਦਿਆਂ ਨੂੰ ਲਾਸ਼ ਵੀ ਨਹੀਂ ਦਿੱਤੀ। ਖਾਲਸਾ ਜੀ, ਸਾਡੇ ਮਾਤਾ ਪਿਤਾ ਜੀ ਵੀਰ ਜੀ ਰਾਜੋਆਣਾ ਜੀ ਨੂੰ ਉਡੀਕਦੇ ਇਸ ਦੁਨੀਆਂ ਤੋਂ ਚਲੇ ਗਏ। ਖਾਲਸਾ ਜੀ, ਇਸੇ ਲਈ ਸਾਡੇ ਵੀਰਾਂ ਘਰ ਅੱਜ ਵੀ ਆਪਣੇ ਵੀਰਾਂ ਨੂੰ ਉਡੀਕ ਰਹੇ ਨੇ। ਮੇਰੀ ਤੁਹਾਡੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ, ਕਿਉਂਕਿ ਕੇਂਦਰ ਸਰਕਾਰ ਨੇ 2019 ਦੇ ਵਿੱਚ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਰੱਦ ਕੀਤੀ ਜਾਂਦੀ ਆ ਤੇ 8 ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਂਦੀ ਆ, ਪਰ 2.5 ਸਾਲ ਬੀਤ ਜਾਣ ਦੇ ਬਾਅਦ ਵੀ ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ। ਸੁਪਰੀਮ ਕੋਰਟ ਦੇ 6 ਵਾਰ ਆਦੇਸ਼ ਕੀਤਾ ਕਿ ਕੇਂਦਰ ਸਰਕਾਰ ਫੈਸਲਾ ਕਰੇ, ਪਰ ਕੇਂਦਰ ਸਰਕਾਰ ਫੈਸਲਾ ਨਹੀਂ ਕਰ ਰਹੀ। ਖਾਲਸਾ ਜੀ, ਵੀਰ ਜੀ ਰਾਜੋਆਣਾ ਜੀ ਦਾ ਕੇਸ ਪੂਰੇ ਦੇਸ਼ ਦੇ ਵਿੱਚ ਇੱਕ ਅਜਿਹਾ ਕੇਸ ਹੈ ਕਿ 28 ਸਾਲਾਂ ਦੇ ਬਾਅਦ ਵੀਰ ਜੀ ਰਾਜੋਆਣਾ ਜੀ ਫਾਂਸੀ ਚੱਕੀ ਵਿੱਚ ਬੈਠੇ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਖਾਲਸਾ ਜੀ, ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਲਈ ਰਿਹਾਈ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਸਾਰੇ ਹੀਲੇ ਸਾਰੇ ਹਰਬੇ ਵਰਤੇ ਗਏ, ਪਰ ਰਿਹਾਈ ਨਹੀਂ ਹੋ ਸਕੀ। ਇਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਆਦੇਸ਼ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਵਿੱਚੋਂ ਚੋਣ ਲੜਾਈ ਜਾਵੇ। ਖਾਲਸਾ ਜੀ, ਤਾਂ ਕਿ ਸਾਰਾ ਪੰਥ ਇਕੱਠਾ ਹੋ ਕੇ ਦਿੱਲੀ ਨੂੰ ਇੱਕ ਸੁਨੇਹਾ ਦੇਵੇ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਖਾਲਸਾ ਜੀ, ਅਸੀਂ ਤਾਂ ਮਾਨ ਸਾਹਿਬ ਜੀ ਸਤਿਕਾਰਯੋਗ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀ, ਸਮੁੱਚੇ ਖਾਲਸਾ ਪੰਥ ਨੇ ਤੁਹਾਨੂੰ ਰਿਹਾ ਕਰਵਾਇਆ ਸੀ, ਪਰ ਉਸ ਵਕਤ ਮਾਨ ਸਾਹਿਬ ਜੀ ਪਾਰਲੀਮੈਂਟ 'ਚ ਨਹੀਂ ਗਏ। ਜੇਕਰ ਮਾਨ ਸਾਹਿਬ ਜੀ ਉਸ ਵਕਤ ਪਾਰਲੀਮੈਂਟ 'ਚ ਜਾਂਦੇ ਤਾਂ ਸਾਡੇ ਹਜ਼ਾਰਾਂ ਸਿੱਖ ਨੌਜਵਾਨ ਜਿਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਬੁਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਹ ਸ਼ਾਇਦ ਬਚ ਜਾਂਦੇ ਤੇ ਬਹੁਤ ਸਾਰੇ ਘਰ ਉਜੜਨੋਂ ਬਚ ਜਾਂਦੇ। ਖਾਲਸਾ ਜੀ, ਅਸੀਂ ਤੁਹਾਨੂੰ ਅੱਜ ਇਹੀ ਬੇਨਤੀ ਕਰਦੇ ਹਾਂ ਕਿ ਆਪਣੀਆਂ ਪਾਰਟੀਆਂ ਆਪਣੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਵਿੱਚ ਸਾਡਾ ਸਾਥ ਦਿਓ। ਮੈਂ ਕੋਈ ਰਾਜਨੀਤਿਕ ਨਹੀਂ, ਖਾਲਸਾ ਜੀ ਮੈਂ ਤੁਹਾਡੀ ਭੈਣ, ਤੁਹਾਡੀ ਧੀ ਹਾਂ। ਬੰਦੀ ਸਿੰਘਾਂ ਦੇ ਤੁਸੀਂ ਵਾਰਿਸ ਹੋ, ਤੁਸੀਂ ਸਾਡਾ ਪਰਿਵਾਰ ਹੋ, ਖਾਲਸਾ ਪੰਥ ਹੀ ਸਾਡਾ ਪਰਿਵਾਰ ਹੈ। ਖਾਲਸਾ ਜੀ, ਤੁਹਾਡੀ ਇੱਕ ਇੱਕ ਵੋਟ ਆ ਜਿਹੜੀ ਉਹ ਦਿੱਲੀ ਨੂੰ ਇੱਕ ਸੁਨੇਹਾ ਹੋਵੇਗੀ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਏਗੀ। ਮੇਰੀ ਤੁਹਾਨੂੰ ਇਹੀ ਬੇਨਤੀ ਆ। ਖਾਲਸਾ ਜੀ, ਉਸ ਇਤਿਹਾਸ ਨੂੰ ਜ਼ਰੂਰ ਯਾਦ ਰੱਖਿਓ ਕਿ ਸੂਬੇ ਦੀ ਕਚਹਿਰੀ ਦੇ ਵਿੱਚ ਨਵਾਬ ਮੁਹੰਮਦ ਸ਼ੇਰ ਖਾਨ ਜੀ ਨੇ ਸਾਡੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਤੇ ਸਾਡੇ ਬੰਦੀ ਸਿੰਘ ਗੁਰੂ ਸਾਹਿਬ ਜੀ ਦੇ ਲਾਲ ਦੇ
ਤੇ ਗੁਰੂ ਸਾਹਿਬ ਜੀ ਦੇ ਲਾਲਾਂ ਦੇ ਲਈ ਤੁਹਾਡੀ ਇੱਕ ਇੱਕ ਵੋਟ ਬੰਦੀ ਸਿੰਘਾਂ ਦੇ ਹੱਕ ਵਿੱਚ ਹਾ ਦਾ ਨਾਰਾ ਹੋਵੇਗੀ ਤੇ ਤੁਸੀਂ ਆਪ ਹੀ ਘਰੇ ਜਾ ਕੇ ਘਰ ਘਰ ਜਾ ਕੇ ਪ੍ਰਚਾਰ ਕਰਨਾ। ਮੈਂ ਤਾਂ ਇਹ ਕਹਿੰਦੀ ਹਾਂ ਕਿ ਇਸ ਦਰਦ ਨੂੰ ਮਹਿਸੂਸ ਕਰੋ, ਇਸ ਦਰਦ ਨੂੰ ਮਹਿਸੂਸ ਕਰਦੇ ਹੋਏ ਕਿ ਕਿਸ ਤਰ੍ਹਾਂ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ, ਉਸ ਬੇਇਨਸਾਫੀ ਦੇ ਖਿਲਾਫ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ। ਖਾਲਸਾ ਜੀ ਆਓ, ਖਾਲਸਾ ਪੰਥ ਇਕੱਠਾ ਹੋਈਏ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਾਈਏ। ਖਾਲਸਾ ਜੀ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਡੇ ਵਿੱਚ ਏਕੇ ਦੀ ਘਾਟ ਕਰਕੇ ਸਾਡੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਹੋ ਸਕੀਆਂ ਤੇ ਸਾਡੇ ਵਿੱਚ ਏਕੇ ਦੀ ਘਾਟ ਕਰਕੇ ਸਾਡੇ ਬੰਦੀ ਸਿੰਘ 28-28 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਅੱਜ ਸਾਡੇ ਕੋਲੇ ਇੱਕ ਮੌਕਾ ਹੈ ਕਿ ਅਸੀਂ ਦਿੱਲੀ ਨੂੰ ਇੱਕ ਸੁਨੇਹਾ ਦੇਈਏ ਤੇ ਬੰਦੀ ਸਿੰਘ ਵੀਰਾਂ ਨੂੰ ਰਿਹਾ ਕਰਵਾਈਏ। ਤੁਹਾਡੇ ਸਾਨੂੰ ਵਡਮੁੱਲੇ ਸਹਿਯੋਗ ਦੀ ਲੋੜ ਹੈ। ਖਾਲਸਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।